ਸ਼ੇਬ ਅਖਤਰ ਦੀ ਗੇਂਦ ਇਸ ਭਈ ਇਸ ਭਾਈ ਨੇ ਨਹੀਂ ਦਿੱਸੀ ਪੁੱਤਰ ਕੱਲ ਤੋਂ ਉਹਨਾਂ ਇੱਧਰ ਸੁੱਟਦਾ ਅਸੀਂ ਇੱਧਰ ਸੁੱਟਦੇ ਆ ਪੁੱਤਰ ਇਹ ਗਾਉਣ ਵਾਲੇ ਆ ਕਿ ਹਜੇ ਨਹਾਉਣ ਵਾਲੇ ਆ ਇਹਨੂੰ ਕਿਹਾ ਸੀ ਨਾ ਤੱਤੇ ਚੌਲ ਨਾ ਖਾ ਫਕੀਰ ਸੈ ਨਾ ਇਹ ਕਲਾਸੀਕਲ ਆ ਫਸਿਆ ਪਿਆ ਨਾ ਫਸਿਆ ਪਿਆ ਨਾ ਸਾਨੀ ਦਾ ਬਾਗਾ ਨਾ ਦਾ ਬਾਗਾ ਰੇ ਨਹੀਂ ਰੇ ਸਾ ਫਕੀਰ ਸੈ ਤੇਰੇ ਵਰਗਾ ਇੱਕ ਗੁਲੂਕਾਰ ਨਹੀਂ ਅਜੀਵੇਂ ਹਾਂ ਪੰਜ ਛੇ ਚੋਰ ਹੋਏ ਨੇ ਮੇਰਾ ਮਤਲਬ ਤੂੰ ਵਧੀਆ ਗੁਲੂਕਾਰ ਏ ਹੁਣ ਜਦੋਂ ਟੁਰਦਾ ਸਨਮ ਪੰਦਾ ਲੱਕ ਵਿੱਚ ਖਮ ਆਏ ਹਾਏ ਹਾਏ ਕੀ ਕਹਤਾ ਇਹ ਜ਼ਾਲਮਾ ਮੈਂ ਫੇਰ ਕਹਿ ਦਿੰਦਾ ਕੀ ਕਹਤਾ ਉਹ ਕੀ ਕਹਤਾ ਓਏ ਉਹ ਕੀ ਕਹਿਆ ਈ ਇਹ ਦੋੜੇ ਪਾਈਏ ਆ ਅੱਛਾ ਹੁਣ ਜਦੋਂ ਟੁਰਦਾ ਸਨਮ ਪੰਦਾ ਲੱਕ ਵਿੱਚ ਖਮ बाकी कौन ले गया लुट के खा गए रेलवे नु चोरो कोई सही जहा नजीर सैन ਤੈਨੂੰ ਪਤਾ ਹੀ ਆ ਫਕੀਰ ਸਾਹਿਬ ਕਿੰਨੇ ਬੁਲਾਇਆ ਸਾਨੂੰ ਅਸੀਂ ਬੁਲਾਇਆ ਗੱਲ ਇਹ ਕਿ ਤੁਹਾਨੂੰ ਬੁਲਾਇਆ ਕਿ ਇਹ ਲੜਕੀ ਹੈ ਇਹਨੂੰ ਤੁਸੀਂ ਗਾਣਾ ਸਿਖਾਉਣਾ ਹਾਂ ਔਰ ਇਹਦੇ ਹੱਥ ਪੈਰ ਪੂਰੇ ਤਰੀਕੇ ਨਾਲ ਸਿੱਧੇ ਕਰਾਉਣੇ ਆ ਜੀ ਇਹ ਸਿੱਧੇ ਕਰਾਉਣੇ ਆ ਕਿਸੇ ਹਸਪੀਟਲ ਲੈ ਕੇ ਜਾਓ ਤੁਸੀਂ ਇਹਨੂੰ ਗੱਲ ਇਹ ਕਿ ਗਾਣਾ ਕਿਹਨੇ ਸਿਖਾਉਣਾ ਤੁਹਾਡੇ ਦੋਵਾਂ ਨੂੰ ਫਕੀਰ ਸਾਹਿਬ ਅਸੀਂ ਦੋਵੇਂ ਪੱਕੇ ਗੁਲੂਕਾਰ ਰੰਗ ਤੋਂ ਨਹੀਂ ਵੇਖਦਾ ਤੂੰ ਅਸੀਂ ਅੱਕੇ ਸੜੇ ਗੁਲੂਕਾਰ ਆ ਅੱਛੇ ਅੱਛੇ ਕਰਾਚੀ ਦੇ ਕਰਾਚੀ ਦੇ चिली खत्म करा देना फिर गाना क्लासिकल सीखना जुंबशी औरत सारे गाने सीखने सानू तो आंदा ही कोई फकीर साहब गाना ਗਾਣਾ ਕਲਾਸਿਕਲ ਸਿੱਖਣਾ ਜਾਂ ਫੋਕ ਜਾਂ ਆਪਣਾ ਉਹ ਭਾਈ ਕੱਲ ਨਹੀਂ ਸਿੱਖਣਾ ਅੱਜ ਸਿੱਖਣਾ ਵਾ ਕੱਲ ਤੈਨੂੰ ਕਿੰਨੇ ਕਿਹਾ ਸੀ ਤੁਹਾਨੂੰ ਜਿਹੜੇ ਇਹ ਪੁੱਤਰ ਕਿਹੜੇ ਗੁਲੂਕਾਰ ਲੈ ਆਇਆ ਗੁਲੂਕਾਰ ਆ ਮੈਨੂੰ ਐ ਲੱਗਦਾ ਜਿਵੇਂ ਧੋਣ ਵਾਲੇ ਭਾਂਡੇ ਪਏ ਆ ਇਹ ਤੂੰ ਸਿੰਗਰ ਕੋ ਐਸਾ ਸੋਹਣਾ ਸੱਜਣਾ ਸੀ ਪੁੱਤਰ ਓਏ ਕੁੜੀਆਂ ਦੇ ਹੱਥ ਪੈਰ ਸਿੱਧੇ ਕਰਾਉਣੇ ਆ ਇਹ ਬੰਦੇ ਕਿਦਾਂ ਸਿੱਧੇ ਕਰਾਉਣਗੇ ਨਾ ਤਾਂ ਆਪਣੀ ਬਿਜਲੀ ਪਈ ਇਹ ਬੜੇ ਵੱਡੇ ਗੁਲੂਕਾਰ ਆ ਇਹ ਉਹ ਗੁਲੂਕਾਰ ਆ ਜਿਹੜੇ ਚਲਦੀ ਬਾਰ ਚੱਗ ਲਾ ਦਿੰਦੇ ਆ ਉਹ ਤਾਂ ਬਿੱਤਰ ਚਲਦੀ ਆ ਕਿ ਬਾਰ ਚੱਗ ਨਹੀਂ ਲਾ ਸਕਦੇ ਪੁੱਤਰ ਜੀ ਸਾਹਿਬ ਮਾਇਆ ਮੈਨੂੰ ਯਾਦ ਆਉਂਦਾ ਮੇਰੇ ਦਿਲ ਵਿੱਚੋਂ ਉੱਠਦੀ ਏ ਤੂੰ ਮਾਇਆ ਮੈਨੂੰ ਉਹ ਜਾ ਕਿਸੇ ਗੰਦੀ ਨਸਲ ਦੇ ਆ ਤੈਨੂੰ ਤੂੰ ਤੇ ਭੂਚ ਫਰਕ ਹੀ ਨਹੀਂ ਨਜ਼ਰ ਆਉਂਦਾ ਥਲੜੇ ਸੁਣਾ ਦਾ ਹੋਰ ਸਾਹਿਬ ਅੱਛਾ ਜੀ ਮੈਂ ਤੇਰੀ ਵਜ੍ਹਾ ਨਾਲ ਨਜ਼ੀਰ ਸੈਨ
ਇੱਥੇ ਖੱਜਲ ਹੋਣੇ ਆ, ਵਰਨਾ ਮੇਰਾ ਵੀਜ਼ਾ ਆ ਗਿਆ ਸਮੁੰਦਰੀ ਦਾ। ਉਹ ਭਾਈ ਜੇ ਸਮੁੰਦਰੀ ਚੱਲਾ ਉੱਥੇ ਕੋਈ ਬੰਦਾ ਤਲਕ ਵਾਲਾ ਹੈ ਤਾਂ ਫੇਰ ਜਾਈ, ਉਹਦਾ ਨਾ ਜਾਈ। ਆ ਸਮੁੰਦਰੀ ਚ ਸਲਾਬ ਨਾ ਨਾ ਹੁੰਦਾ, ਹਾਂਜੀ ਉਹਨਾਂ ਨੇ ਚੱਲ ਜਾਣਾ ਸੀ ਹੁਣ ਤੱਕ। ਇਹ ਸਲਾਬ ਤੇ ਇੱਕ ਦੋ ਵਾਰੀ ਇਹਨਾਂ ਦੀ ਵਜ੍ਹਾ ਨਾਲ ਆਇਆ ਵੀ ਸ਼ਾਇਦ ਹੁਣੀ ਮੂੰਹ ਤੇ ਪਾਣੀ ਪਾ ਲੈਣ। ਉਹ ਤੇਰੀ ਭੈਣ ਨੂੰ ਜਾ ਜਾਂਦਾ, ਗੁੱਸਾ ਨਹੀਂ ਕਰਨਾ, ਗੁੱਸਾ ਨਹੀਂ ਕਰਨਾ। ਆਪਣਾ ਮੂੰਹ ਵੇਖ ਜਿਵੇਂ ਆਪਣਾ ਆਪਣਾ ਮੂੰਹ ਵੇਖ ਜਿਵੇਂ ਮੂੰਹ ਜਿਵੇਂ ਜਿਵੇਂ ਤੁਹਾਡੀ ਵੀ ਤਾਂ ਕੁੜੀ ਨੱਸ ਗਈ ਸੀ ਨਾ, ਗੁੱਸਾ ਹੀ ਨਹੀਂ ਜੁਗਤ ਆਉਂਦੀ ਕਿਸੇ ਵੇਲੇ। ਇਹ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਨਾ 10 ਸਾਲ ਰਾਣੇ ਵੀ ਰਹੇ ਆ, ਟੋਟਲ ਮਰਾਸੀ ਨਹੀਂ ਹੈ ਆ ਜਿਹੜੀ ਜੁਗਤ ਵਿੱਚ ਭੁੱਲਣ ਡਿਆ। ਉਹ ਜਾ ਜਾ, ਅਸੀਂ ਜੱਦੀ ਪੁਸ਼ਤੀ ਹਾਸ਼ਮੀ ਕਸ਼ਮੀਰੀ ਆ, ਉਹਨਾਂ ਝੂਠ ਬੋਲੀ ਦਾ ਜਿੰਨਾ ਚੱਲ ਜਾਵੇ ਹੈ। ਉਹ ਬੜਾ ਮੰਨ ਗਿਆ ਸਾਡੀ ਗੱਲ ਨੂੰ। ਮਰ ਗਈ ਉਡੀਕ ਮੈਨੂੰ ਦੇ ਗਿਆ ਤਰੀਕ ਮੇਰਾ ਢੋਲਾ। ਢੋਲਕੀ ਕਿੱਥੇ ਛੱਡੇ, ਇਹਨੂੰ ਵਜਾਈ ਆ ਤੇ ਢੋਲਕੀ ਮੂੰਹ ਨਾ ਕਰਜੋ। ਆਪ ਨੂੰ ਕੰਮ ਆਉਂਦਾ ਹੈ ਨਜ਼ੀਰ ਸੈਨ ਨੂੰ ਜਾਣਨਾ। ਤੂੰ ਕੀ ਸ਼ਖਸੀਅਤ ਪੀਜ਼ਾ ਖਾਣ ਗਿਆ? ਪੀਜ਼ਾ ਖਾ ਲਿਆ, ਉਹਨਾਂ ਨੇ ਬਿੱਲ ਬਿੱਲ ਲਿਆ ਕੇ ਦਿੱਤਾ। ਅੱਛਾ, ਤੇ ਬਿੱਲ ਵੇਖ ਕੇ ਕਹਿੰਦਾ ਇਹਦੀ ਆਖਰੀ ਡੇਟ ਕਿਹੜੀ? ਤੁਹਾਨੂੰ ਪਤਾ ਕੀ ਸ਼ਖਸੀਅਤ ਬੈਠੀ ਹੈ? ਮੈਨੂੰ ਤਾਂ ਨੀ ਪਤਾ ਲੱਗਾ ਦਾ 20 ਸਾਲਾਂ 'ਚ, ਤੁਸੀਂ ਪਤਾ ਕਰੋ ਇਹਦਾ। ਵੀਰੇ ਤੂੰ ਨਾਲ ਲੈ ਕੇ ਫਿਰਨਿਆ, ਜੇ ਤੇਰਾ ਨਹੀਂ ਨਾ ਗਿੱਜਿਆ ਇਹਨੇ ਸਾਡਾ ਵੀ ਨਹੀਂ ਗਿੱਜਣਾ। ਮੇਰੇ ਅਸਲ 'ਚ ਨਾ ਗਲੇ 'ਚ ਦਰਦ ਬੜੀ ਹੈ। ਵਾਹ ਵਾਹ, ਮੈਂ ਕਹਿੰਦਾ ਕੋਈ ਦਰਦ ਨਾਲ ਕੋਈ ਵਬਾਜ ਨਾ ਫੈਲ ਜਾਏ। ਮੈਂ ਗਾਵਾਂ ਤੇ ਅੱਗੇ ਅੱਲਾ ਅੱਲਾ ਕਰਕੇ ਕਰੋਨਾ ਗਿਆ। ਸੁਣਾ ਨਜ਼ੀਰ ਸੈਨ, ਇਹ ਤਾਂ ਇਹਨਾਂ ਦੇ ਗਲਿਆਂ 'ਚ ਦਰਦ ਹੋਣ ਡਈ ਹੈ, ਗਾਉਣ ਵਾਲੇ ਆ ਕਿ ਫਾਹੇ ਲਾਉਣ ਵਾਲੇ ਆ? ਮੈਨੂੰ ਦੱਸ ਦੇ, ਇਹਨਾਂ ਦੇ ਡਾਕਟਰ ਨੇ ਵੀ ਆਖੇ ਨਹੀਂ ਲੱਗਣਾ। ਕਿਉਂ? ਉਹ ਪਰਲੇ ਦੀ ਦਾੜ 'ਚ ਦਰਦ ਹੋਈ, ਡਾਕਟਰ ਕੋਲ ਗਿਆ ਉਹਨੇ ਸਾਰੇ ਹੀ ਦੰਦ ਕੱਢਤੇ। ਕਿਉਂ? ਕਹਿੰਦਾ ਇਹ ਤੁਹਾਨੂੰ ਸੱਜਣ ਨਹੀਂ ਦੇ। ਉਹ ਤਾਂ ਹੀ ਹੁਣ ਉਹਨੇ ਟੀਨ ਦੀ ਪੱਤੀ ਲਵਾਈ ਹੈ। ਕਿਸੇ ਗੱਦੀ ਨਸਲ ਦੇ ਹੋ, ਇਸ ਤਰ੍ਹਾਂ ਕਿਸੇ ਦੇ ਦੰਦ ਨਹੀਂ ਚੜੀਦਾ, ਇਸ ਤਰ੍ਹਾਂ ਦੰਦ ਛਿੱਕ ਨਹੀਂ ਹੁੰਦੀ ਹੈ ਜੀ। ਲਓ ਜੀ ਗੱਲ ਇਹ ਹੈ।